ਫਜ਼ਿਲਕਾ ਚੱਪ ਬਿਤੇਦਨੀ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚੇ ਜਿਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਸਟੇਜ ਤੋਂ ਹੀ ਦਾਵਾ ਕੀਤਾ ਕਿ ਫਜ਼ਿਲਕਾ ਦੀਆਂ ਨਹਿਰਾਂ 1 ਅਪ੍ਰੈਲ ਨੂੰ ਪਾਣੀ ਪੁੱਜਦਾ ਹੋ ਜਾਏਗਾ ਤੇ ਕਿਸਾਨ ਨਹਿਰੀ ਪਾਣੀ ਦਾ ਇੰਤਜ਼ਾਰ ਕਰ ਰਹੇ ਨੇ ਪਰ ਨਹਿਰਾ ਸੁੱਕੀਆਂ ਪਈਆਂ ਨੇ ਤਸਵੀਰਾਂ ਫਸਲਕਾ ਦੇ ਪਿੰਡਾਂ ਦੀਆਂ ਨੇ ਜਿੱਥੇ ਇਲਾਕੇ 'ਚ ਸੁੱਕੀਆਂ ਨਹਿਰਾ ਸਰਕਾਰ ਦੇ ਦਾਅਵੇ ਤੇ ਸਵਾਲ ਖੜੇ ਕਰ ਰਹੀਆਂ ਨੇ ਵੱਡੀ ਤੋਂ ਲੈ ਕੇ ਛੋਟੀ ਨਹਿਰ ਤਾਂ ਕਿ ਕਿਸੇ ਟੇਲ ਤੱਕ ਵੀ ਪਾਣੀ ਨਹੀਂ ਪਹੁੰਚਿਆ ਦਰਸਲ ਕੁਝ ਦਿਨ ਪਹਿਲਾਂ ਸੀਐਮ ਦੇ ਵੱਲੋਂ ਦੌਰਾ ਕੀਤਾ ਗਿਆ ਸੀ ਤੇ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਪਾਣੀ ਦੀ ਇੱਕ ਬੂੰਦ ਵੀ ਨਾ ਨਹਿਰਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ ਫਜ਼ਲ ਕਾਮਲੋਟ ਰੋਡ ਤੇ ਪੈਂਦੀ ਪੱਕੀ ਨਹਿਰ ਚ ਵੀ ਪਾਣੀ ਨਹੀਂ ਹੈ ਤੇ ਉਧਰ ਟਾਲੀ ਵਾਲਾ ਜੱਟਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਹਿਰੀ ਪਾਣੀ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਨਰਮੇ ਦੀ ਫਸਲ ਦੀ ਬੁਜਾਈ ਕਰਨੀ ਹੈ ਤੇ ਟੇਲਾ ਤਾਂ ਕੀ ਨਹਿਰਾਂ ਦੇ ਵਿੱਚ ਵੀ ਪਾਣੀ ਨਹੀਂ ਆਇਆ ਨਾ ਇਥੇ ਪਾਣੀ ਹੈ ਜੀ ਨਾ ਕੋਈ ਸੁਰੱਖਿਆ ਆ ਖਾਲੀ ਨਹਿਰਾਂ ਪਈਆਂ ਸਾਨੂੰ ਜਿਹੜੀ ਪਾਣੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਰੋਂਾਂ ਵਾਲੇ ਬਾਣ ਵੀ ਖਾਲੀ ਹੈ ਔਰ ਜਿਹੜੇ ਅਸੀਂ ਇੱਥੇ ਸਾਡੇ ਛੋਟਾ ਬਰਾਨੀ ਲਾਕੇ ਆ ਜਾਂ ਚੋਤੇ ਛੋਲਿਆਂ ਦੀ ਖੇਤੀ ਪੱਟ ਲੈਨੇ ਆ ਜਾਂ ਕੁਛ ਪੈਲੀਆਂ ਸਾਡੀਆਂ ਵੇਲੀਆਂ ਪਈਆਂ ਉੱਥੇ ਵੀ ਜਿਹੜੀ ਅਸੀਂ ਨਰਮੇ ਦੀ ਬਜਾੰਦ ਕਰ ਲਈਆਂ ਜੇ ਗੇਤੀ ਬਜਾੰਦ ਹੋ ਜੇ ਉਹ ਮੱਛਰ ਤੋਂ ਤੇ ਗੁਲਾਬੀ ਸੁੰਢੀ ਤੋਂ ਜਿਹੜਾ ਨਰਮਾ ਵੱਜ ਜਾਂਦਾ ਪਰ ਆ ਨਹਿਰ ਤੁਸੀਂ ਦੇਖ ਸਕਦੇ ਆ ਸਾਰੇ ਕਸੀਆਂ ਸੂਏ ਹਜੇ ਤੱਕ ਖਾਲੀ ਪਈ ਆ ਸਾਨੂੰ ਹਜੇ ਤੱਕ 15 ਦਿਨ ਮੇਦ ਵੀ ਨਹੀਂ ਵੀ ਪਾਣੀ ਸਾਡੇ ਪਹੁੰਚ ਜਾਊਗਾ ਸਾਡੇ ਜਿਹੜੇ ਛੋਲਿਆਂ ਵਾਲੇ ਬਾਹਣ ਸਰੋਂ ਵਾਲੇ ਬਾਹਣ ਉਹਨਾਂ ਦੀ ਰੌਣੀ ਸਾਨੂੰ ਹੁਣ ਲਾਉਣ ਦੀ ਪਾਣੀ ਦੀ ਬਹੁਤ ਜ਼ਰੂਰਤ ਆ ਕਿਉਂਕਿ ਗੇਤਾ ਨਰਮਾ ਹੋ ਜੇ ਜੇ ਨਰਮਾ ਸਾਡਾ ਪਛੇਤਾ ਹੁੰਦਾ ਉਹਨੂੰ ਬਹੁਤ ਬਿਮਾਰੀਆਂ ਪੈਂਦੀਆਂ ਆ ਸਕਦੇ ਗੱਲ ਸਾਡੀ ਸੁਣਵਾਈ ਹੈ ਨਹੀਂ ਕਿਤੇ ਵੀ ਨਾ ਹੀ ਸਾਨੂੰ ਕੋਈ ਜਾਣਦਾ ਹੀ ਪਾਣੀ ਦੀ ਕਮੀ ਆ ਸਾਡੇ ਹਮੇਸ਼ਾ ਹੀ ਕਮੀ ਰਹਿੰਦੀ ਆ ਪਰ ਇਹਨਾਂ ਨੇ ਕਿਹਾ ਸੀ 1 ਅਪ੍ਰੈਲ ਨੂੰ ਪਹੁੰਚਦਾ ਕਰਾਂਗੇ ਹਰ ਹਾਲਤੇ ਚ ਪਰ ਨਹੀਂ ਪਾਣੀ ਹੈ ਹੀ ਨਹੀਂ ਤੁਸੀਂ ਦੇਖ ਹੀ ਰਹੇ ਹੋ ਖੜਾ ਪਾਣੀ ਆ ਨਹਿਰ ਚ ਪਾਣੀ 10 ਦਿਨ ਹੋ ਗਏ ਬੰਦੀ ਨੂੰ ਹੀ